ਸਤਿ ਸ਼੍ਰੀ ਅਕਾਲ, ਮੈਂ ਹਾਂ ਜੁਗਨੂੰ। ਚਾਤ ਮਾਰਦੇ ਇੱਕ ਖ਼ਬਰ 'ਤੇ ਜੋ ਕਿ ਬੜੀ ਹੈਰਾਨ ਕਰਨ ਵਾਲੀ ਹੈ। ਪਤਾ ਲੱਗਦਾ ਹੈ ਵਫ਼ਾਦਾਰੀਆਂ ਕੀ ਹੁੰਦੀਆਂ ਨੇ। ਅਧਿਕਾਰੀਆਂ ਨੇ ਕਿਹਾ ਕਿ ਅਗਸਤ ਤੋਂ ਲਾਪਤਾ ਇੱਕ ਹਾਈਕਰ ਕਲੋਰਾਡੋ ਵਿੱਚ ਮੁਰਦਾ ਪਾਇਆ ਗਿਆ ਅਤੇ ਬਾਅਦ ਵਿੱਚ ਪਤਾ ਲੱਗਾ ਕਿ ਕੁੱਤਾ ਉਸ ਦਾਸ ਦੇ ਕੋਲ ਅਜੇ ਵੀ ਜਿੰਦਾ ਸੀ। ਤਾਂ ਉਸ ਸਰਚ ਐਂਡ ਰੈਸਕਿਊ ਦੁਆਰਾ ਪਿਛਲੇ ਹਫ਼ਤੇ ਇੱਕ ਫੇਸਬੁੱਕ ਪੋਸਟ ਦੇ ਅਨੁਸਾਰ ਪਾਗੋਸਾ ਸਪ੍ਰਿੰਗਸ ਦੇ 71 ਸਾਲਾਂ ਦੀ ਚਮੂਲ ਦੀ ਲਾਸ਼ ਜੋ 19 ਅਗਸਤ ਤੋਂ ਲਾਪਤਾ ਸੀ 30 ਅਕਤੂਬਰ ਨੂੰ ਮਿਲੀ। ਵਿੱਚ ਦਾ ਕੁੱਤਾ ਉਸਦੇ ਨਾਲ ਅਜੇ ਵੀ ਜਿੰਦਾ ਵੇਖਿਆ ਗਿਆ। ਪੁਲਿਸ ਨੇ ਦੱਸਿਆ ਕਿ ਰਿਚ ਅਤੇ ਉਸਦਾ ਕੁੱਤਾ ਬਲੈਕ ਹੈਡ ਪੀਕ, ਜੋ ਕਿ ਪਾਗੋਸਾ ਸਪ੍ਰਿੰਗਸ ਤੋਂ ਲਗਭਗ 20 ਮੀਲ ਪੂਰਬ ਵਿੱਚ ਹੈ, ਸਿਖਰ 'ਤੇ ਜਾਣ ਦੀ ਯੋਜਨਾ ਬਣਾਉਣ ਤੋਂ ਬਾਅਦ ਲਾਪਤਾ ਹੋ ਗਿਆ। ਪੁਲਿਸ ਦੇ ਦਫ਼ਤਰ ਨੇ ਕਿਹਾ ਕਿ ਰਿਚ ਦੀ ਲਾਸ਼ 30 ਅਕਤੂਬਰ ਨੂੰ ਲੋਅਰ ਬਲੈਂਕੋ ਡਰੇਨੇਜ ਬੇਸਿਸ ਵਿੱਚ ਇੱਕ ਸ਼ਿਕਾਰੀ ਦੁਆਰਾ ਮਿਲੀ, ਜੋ ਕਿ ਬਲੈਕ ਹੈਡ ਪੀਕ ਦੇ ਸਿਖਰ ਦੇ ਦੱਖਣ ਪੂਰਬ ਵਿੱਚ ਇੱਕ ਘਾਟੀ ਵਿੱਚ ਹੈ। ਪੁਲਿਸ ਨੇ ਦੱਸਿਆ ਕਿ ਉਸਦਾ ਚਿੱਟਾ ਜੈਕ ਰਸਲ ਟੈਰੀਅਰ ਫਿਨੀ ਲਾਸ਼ ਦੇ ਕੋਲ ਸੀ। ਪੁਲਿਸ ਦੇ ਦਫ਼ਤਰ ਦੇ ਮੈਂਬਰਾਂ ਅਤੇ ਇੱਕ ਖੋਜ ਅਤੇ ਬਚਾਅ ਟੀਮ ਨੂੰ ਰਿਚ ਦੀ ਲਾਸ਼ ਨੂੰ ਲੱਭਣ ਅਤੇ ਬਰਾਮਦ ਕਰਨ ਲਈ ਉਸ ਖੇਤਰ ਵਿੱਚ ਭੇਜਿਆ ਗਿਆ। ਫਿਨੀ ਨੂੰ ਇਲਾਜ ਲਈ ਵੈਟਨਰੀ ਹਸਪਤਾਲ ਲਿਜਾਇਆ ਗਿਆ ਅਤੇ ਉਦੋਂ ਤੋਂ ਉਸਨੂੰ ਆਪਣੇ ਪਰਿਵਾਰ ਨਾਲ ਮਿਲਾਇਆ ਗਿਆ। ਇਸ ਤੋਂ ਪਤਾ ਲੱਗਦਾ ਹੈ ਵਫ਼ਾਦਾਰੀਆਂ ਇਨਸਾਨ ਤੋਂ ਨਹੀਂ ਕੁੱਤੇ ਤੋਂ ਸਿੱਖਣੀ ਚਾਹੀਦੀ ਹੈ। ਮਾਲਕ ਪਿੱਛੇ ਜਾਨ ਵੀ ਦੇ ਦਿੰਦੇ ਨੇ ਅਤੇ ਜਾਨ ਵੀ ਲੈ ਲੈਂਦੇ ਨੇ ਮਰਦੇ ਦਮ ਤੱਕ। ਜਿੱਦਾਂ ਕਹਿੰਦੇ ਆ ਨਾ, ਉਸ ਨਾਲ ਆਖਰੀ ਸਾਹ ਤੱਕ ਸਾਥ ਦਿੰਦੇ ਨੇ। ਧੰਨਵਾਦ।